ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਤੁਹਾਨੂੰ ਇੱਕ ਐਸੇ ਸ਼ਖਸ ਬਾਰੇ ਦੱਸਣ ਜਾ ਰਿਹਾ ਹਾਂ ਜਿਸ ਦਾ ਨਾਮ ਹੈ ਫਕੀਰ ਅਜ਼ੀਜ਼ ਉਦੀਨ। ਇਹ ਸਿੱਖ ਰਾਜ ਦਾ ਵਿਦੇਸ਼ ਮੰਤਰੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਇਸ ਨੂੰ ਵਿਦੇਸ਼ ਮੰਤਰੀ ਦੇ ਅਹੁਦਾ ਮਿਲਿਆ ਹੋਇਆ ਸੀ। ਇਹ ਜੋ ਲੇਖ ਹੈ ਜਾਂ ਇਹਨਾਂ ਦੇ ਜੀਵਨੀ ਬਾਰੇ ਜੋ ਬਿਲਕੁਲ ਹੀ ਸੰਖੇਪ ਵਿੱਚ ਹੈ, ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਾਪੀ ਗਈ ਕਿਤਾਬ ਜੋ ਕਿ ਕੁਲਦੀਪ ਸਿੰਘ ਧੀਰ ਛਾਪੀ ਹੈ 1984 ਵਿੱਚ, ਉਸ ਵਿੱਚੋਂ ਲਿਆ ਹੈ। ਬਹੁਤ ਹੀ ਛੋਟਾ ਜਿਹਾ ਲੇਖ ਹੈ ਤੇ ਬੜਾ ਹੀ ਸੋਹਣਾ, ਦਮਦਾਰ ਅਤੇ ਬਹੁਤ ਕੁਝ ਸਿਖਾਉਣ ਵਾਲਾ ਇਹ ਲੇਖ ਹੈ। ਸ਼ੁਰੂ ਜ਼ਰੂਰ ਸੁਣੋ। ਸਿੱਖ ਰਾਜ ਦਾ ਵਿਦੇਸ਼ ਮੰਤਰੀ। ਕੋਈ ਵੀ ਰਾਜ ਉਦੋਂ ਤੱਕ ਮਜ਼ਬੂਤ ਨਹੀਂ ਕਿਹਾ ਜਾ ਸਕਦਾ ਜਦੋਂ ਤੱਕ ਬਾਹਰੀ ਤਾਕਤਾਂ ਨਾਲ ਉਸਦੇ ਸੰਬੰਧ ਚਤੁਰ ਰਾਜਨੀਤੀ, ਵਿਵਹਾਰਕ ਕੁਸ਼ਲਤਾ ਤੇ ਦ੍ਰਿੜ ਇਰਾਦੇ ਤੇ ਆਧਾਰਿਤ ਨਾ ਹੋਣ। ਵਿਦੇਸ਼ੀ ਮਾਮਲਿਆਂ ਵਿੱਚ ਰਤਾ ਜਿੰਨੀ ਕੁਤਾਹੀ ਰਾਜ ਲਈ ਘਾਤਕ ਹੋ ਸਕਦੀ ਹੈ। ਇਹੀ ਕਾਰਨ ਹੈ ਕਿ ਇੱਕ ਮਜ਼ਬੂਤ ਸਿੱਖ ਰਾਜ ਦੀ ਸਥਾਪਨਾ ਲਈ ਤਤਪਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਵਿਦੇਸ਼ੀ ਮਾਮਲਿਆਂ ਨੂੰ ਨਜਿੱਠਣ ਲਈ ਫਕੀਰ ਅਜ਼ੀਜ਼ੁਦੀਨ ਜਿਹਾ ਯੋਗ ਵਿਅਕਤੀ ਚੁਣਿਆ। ਉਹਨਾਂ ਦੀ ਇਹ ਚੋਣ ਉਸਦੇ ਮਜ਼ਹਬੀ ਤਸੱਬ ਦਾ ਉੱਚਾ ਉੱਠਣ ਦੀ ਇੱਕ ਸ਼ਕਤੀਸ਼ਾਲੀ ਮਿਸਾਲ ਹੈ। ਫਕੀਰ ਅਜ਼ੀਜ਼ੁਦੀਨ ਆਪਣੇ ਆਪ ਨੂੰ ਫਕੀਰ ਕਹਿੰਦਾ ਸੀ ਤੇ ਫਕੀਰਾਂ ਦਾ ਲਿਬਾਸ ਪਾਉਂਦਾ ਸੀ। ਉਸਦੀ ਰਾਜਨੀਤੀ ਨਰਮੀ ਤੇ ਦ੍ਰਿੜਤਾ ਦੋਹਾਂ ਦਾ ਸੁਚੱਜਾ ਮੇਲ ਸੀ। ਇੱਕ ਨੀਤੀਵਾਨ ਦੇ ਤੌਰ ਤੇ ਉਸਦੀ ਸਭ ਤੋਂ ਵੱਡੀ ਸਫਲਤਾ ਅਮੀਰ ਦੋਸਤ ਮੁਹੰਮਦ ਦੇ ਭਰਾਵਾਂ ਨੂੰ ਤੋੜ ਕੇ ਆਪਣੇ ਨਾਲ ਰਲਾ ਲੈਂਦੀ ਸੀ। ਇਹ ਕੰਮ ਉਸ ਇਸ ਕੁਸ਼ਲਤਾ ਨਾਲ ਕੀਤਾ ਕਿ ਜਦੋਂ ਅਮੀਰ ਨੇ ਸਿੱਖਾਂ ਵਿਰੁੱਧ ਜਹਾਦ ਦਾ ਨਾਰਾ ਲਾਇਆ ਤਾਂ ਉਸ ਨੂੰ ਨਿਰਾਸ਼ ਵਾਪਸ ਪਰਤਣਾ ਪਿਆ। ਇਹ ਹੀ ਨਹੀਂ, ਵਕਤ ਆਉਣ ਤੇ ਉਹ ਖੁਦ ਮੈਦਾਨੇ ਜੰਗ ਵਿੱਚ ਕੁੱਦਣਾ ਜਾਣਦੀ ਸੀ। 1810 ਵਿੱਚ ਗੁਜਰਾਤ ਨਾਲ ਲਗਵੇਂ ਇਲਾਕੇ ਵਿੱਚ ਉਸ ਨੇ ਆਪ ਮੈਦਾਨੇ ਜੰਗ ਵਿੱਚ ਕਈ ਥਾਂ ਸਫਲਤਾ ਨਾਲ ਲੜਾਈ ਲੜੀ। ਦਰਅਸਲ ਸਿੱਖ ਰਾਜ ਦਾ ਵਿਦੇਸ਼ ਮੰਤਰੀ ਫਕੀਰ ਅਜ਼ੀਜ਼ੁਦੀਨ ਜਿਹਾ ਵੀਰ ਨਾਇਕ ਹੀ ਹੋ ਸਕਦਾ ਹੈ ਜੋ ਲੋੜ ਪੈਣ ਤੇ ਤਲਵਾਰ ਵੀ ਚੁੱਕ ਸਕੇ। ਫਕੀਰ ਅਜ਼ੀਜ਼ੁਦੀਨ ਦਾ ਜਨਮ 1780 ਵਿੱਚ ਗੁਲਾਮ ਮੋਹੀ ਉਦੀਨ ਦੇ ਘਰ ਹੋਇਆ। ਉਸਦਾ ਕਿੱਤਾ ਹਕੀਮੀ ਸੀ, ਇਸ ਲਈ ਉਸ ਆਪਣੇ ਵੱਡੇ ਪੁੱਤਰ ਅਜ਼ੀਜ਼ੁਦੀਨ ਨੂੰ ਵੀ ਇਸੇ ਕੰਮ ਵਿੱਚ ਲਾਇਆ ਤੇ ਖਾਨਦਾਨੀ ਹੁਨਰ ਵਿੱਚ ਪ੍ਰਵੀਣਤਾ ਪ੍ਰਾਪਤ ਕਰਨ ਲਈ ਲਾਹੌਰ ਦੇ ਪ੍ਰਸਿੱਧ ਵੈਦ ਹਕੀਮ ਰਾਏ ਕੋਲ ਭੇਜਿਆ। ਅਜ਼ੀਜ਼ੁਦੀਨ ਨੇ ਆਪਣੇ ਉਸਤਾਦ ਦੀ ਇਸ ਤਨਦੇਹੀ ਨਾਲ ਸੇਵਾ ਕੀਤੀ ਕਿ ਉਸ ਨੇ ਇਸ ਹੁਨਰ ਦੀ ਹਰ ਬਰੀਕੀ ਆਪਣੇ ਸ਼ਾਗਿਰਦ ਨੂੰ ਸਮਝਾ ਦਿੱਤੀ ਅਤੇ ਆਪਣੇ ਕੋਲ ਹੀ ਰੱਖ ਲਿਆ। ਫਕੀਰ ਅਜ਼ੀਜ਼ੁਦੀਨ ਆਪਣੇ ਉਸਤਾਦ ਕੋਲ ਰਹਿ ਕੇ ਹਕੀਮੀ ਦੇ ਕੰਮ ਵਿੱਚ ਉਸਦੀ ਮਦਦ ਕਰਨ ਲੱਗਾ। ਸਮਾਂ ਬੀਤਦਾ ਗਿਆ ਤੇ ਇੱਕ ਅਜਿਹੀ ਘਟਨਾ ਵਾਪਰੀ ਜਿਸ ਫਕੀਰ ਸਾਹਿਬ ਦੇ ਜੀਵਨ ਦਾ ਰੁੱਖ ਹੀ ਮੋੜ ਦਿੱਤਾ। 1799 ਦੇ ਅੰਤਲੇ ਦਿਨ ਸਨ। ਰਣਜੀਤ ਸਿੰਘ ਨੂੰ ਲਾਹੌਰ ਫਤਿਹ ਕੀਤਾ ਕੋਈ ਬਹੁਤਾ ਸਮਾਂ ਨਹੀਂ ਸੀ ਹੋਇਆ, ਅਜੇ ਉਹ ਮਹਾਰਾਜਾ ਵੀ ਨਹੀਂ ਸੀ ਬਣਿਆ। ਇੱਕ ਦਿਨ ਉਸਦੀਆਂ ਅੱਖਾਂ ਵਿੱਚ ਕੁਝ ਤਕਲੀਫ ਹੋਈ, ਉਸ ਆਪਣੇ ਇਲਾਜ ਲਈ ਹਾਕਮ ਰਾਏ ਨੂੰ ਸੱਦ ਭੇਜਿਆ। ਹਾਕਮ ਰਾਏ ਆਪਣੇ ਪਿਆਰੇ ਸ਼ਾਗਿਰਦ ਅਜ਼ੀਜ਼ੁਦੀਨ ਨੂੰ ਵੀ ਨਾਲ ਹੀ ਲੈ ਆਇਆ। ਨੌਜਵਾਨ ਸ਼ਾਗਿਰਦ ਨੇ ਰਣਜੀਤ ਸਿੰਘ ਦੀ ਸੇਵਾ ਅਜਿਹੀ ਚੰਗੀ ਕੀਤੀ ਕਿ ਉਸਦਾ ਮਨ ਮੋਹਿਆ ਗਿਆ। ਉਸਦੀ ਪਾਰਕੀ ਅੱਖ ਨੇ ਇਹ ਵੀ ਵੇਖ ਲਿਆ ਕਿ ਇਹ ਮਿਹਨਤੀ, ਦਿਆਨਤਦਾਰ ਤੇ ਹੁਨਰਮੰਦ ਇਨਸਾਨ ਹਕੀਮੀ ਹੀ ਨਹੀਂ ਹੋਰ ਵੀ ਬਹੁਤ ਕੁਝ ਕਰ ਸਕਦਾ ਹੈ। ਉਹਨਾਂ ਹਾਕਮ ਰਾਏ ਨੂੰ ਕਿਹਾ ਕਿ ਇਹ ਆਪਣਾ ਸ਼ਾਗਿਰਦ ਸ਼ਾਹੀ ਦਰਬਾਰ ਵਾਸਤੇ ਵਕਫ ਕਰ ਦੇ। ਨੇਕ ਦਿਲ ਹਾਕਮ ਰਾਏ ਲਈ ਇਸ ਤੋਂ ਵੱਧ ਖੁਸ਼ੀ ਦੀ ਗੱਲ ਹੋਰ ਕੀ ਹੋ ਸਕਦੀ ਸੀ। ਉਸ ਨੇ ਅਜ਼ੀਜ਼ੁਦੀਨ ਦੀ ਬਾਹ ਰਣਜੀਤ ਸਿੰਘ ਨੂੰ ਫੜਾ ਦਿੱਤੀ। ਰਣਜੀਤ ਸਿੰਘ ਨੇ ਉਸ ਨੂੰ ਲਾਹੌਰ ਵਾਸੀਆਂ ਦੀ ਅਰੋਗਤਾ ਦਾ ਕੰਮ ਸੌਂਪਿਆ ਜੋ ਉਸ ਕੁਸ਼ਲਤਾ ਨਾਲ ਨਿਭਾਇਆ। ਰਣਜੀਤ ਸਿੰਘ ਨੇ ਖੁਸ਼ ਹੋ ਕੇ ਉਸ ਨੂੰ ਸ਼ਰਕਪੁਰ ਤੇ ਬੁੱਧੋ ਵਿੱਚ 5,000 ਰੁਪਏ ਸਲਾਨਾ ਦੀ ਜਾਗੀਰ ਬਖਸ਼ੀ। ਸਮੇਂ ਦੇ ਬੀਤੇ ਨਾਲ ਮਹਾਰਾਜਾ ਫਕੀਰ ਅਜ਼ੀਜ਼ੁਦੀਨ ਦੀ ਸ਼ਖਸੀਅਤ ਤੋਂ ਦਿਨ ਬ ਦਿਨ ਵਧੇਰੇ ਪ੍ਰਭਾਵਿਤ ਹੁੰਦਾ ਗਿਆ। ਉਹ ਹਕੀਮੀ ਤੋਂ ਬਿਨਾਂ ਹੋਰ ਮਾਮਲਿਆਂ ਵਿੱਚ ਵੀ ਉਸਦੀ ਸਲਾਹ ਲੈਣ ਲੱਗਾ। 1807 ਵਿੱਚ ਕਸੂਰ ਦੀ ਬਗਾਵਤ ਦੀਆਂ ਅਵਾਈਆਂ ਉੱਡਣ ਲੱਗੀਆਂ। ਮਹਾਰਾਜੇ ਨੇ ਕਸ਼ੂਰੀਆਂ ਨੂੰ ਸੋਧਣ ਦਾ ਮਨ ਬਣਾਇਆ। ਲੜਾਈ ਤੋਂ ਪਹਿਲਾਂ ਉਸ ਫਕੀਰ ਅਜ਼ੀਜ਼ੁਦੀਨ ਅਤੇ ਫਤਿਹ ਸਿੰਘ ਕਾਲਿਆਂ ਵਾਲੇ ਨੂੰ ਆਪਣਾ ਦੂਤ ਬਣਾ ਕੇ ਕਸੂਰ ਦੇ ਨਵਾਬ ਕੋਲ ਭੇਜਿਆ ਤਾਂ ਜੋ ਸੁਲਾਹ ਸਫਾਈ ਨਾਲ ਗੱਲ ਨਿਬੜਦੀ ਦਿਸੇ ਤਾਂ ਲੜਾਈ ਨਾ ਹੀ ਕੀਤੀ ਜਾਏ। ਫਕੀਰ ਸਾਹਿਬ ਨੇ ਕਸੂਰ ਪਹੁੰਚ ਕੇ ਨਵਾਬ ਨੂੰ ਸਮਝਾਇਆ ਪਰ ਉਸ ਫਕੀਰ ਸਾਹਿਬ ਦੀ ਕਿਸੇ ਗੱਲ ਵੱਲ ਕੋਈ ਧਿਆਨ ਤੱਕ ਹੀ ਦੇਣਾ ਸੀ, ਉਲਟਾ ਉਹਨਾਂ ਤੇ ਹੱਥ ਕੀਤੀ। ਉਹਨਾਂ ਇਹ ਗੱਲ ਮਹਾਰਾਜੇ ਨੂੰ ਆ ਦੱਸੀ। ਮਹਾਰਾਜੇ ਨੇ ਕਸੂਰ ਤੇ ਚੜ੍ਹਾਈ ਕਰ ਦਿੱਤੀ, ਕਸੂਰ ਦਾ ਇਲਾਕਾ ਫਤਿਹ ਕਰਕੇ ਸਿੱਖ ਰਾਜ ਵਿੱਚ ਸ਼ਾਮਲ ਕਰ ਲਿਆ। ਹੁਣ ਕਸੂਰ ਦੇ ਨਵਾਬ ਨੇ ਫਕੀਰ ਸਾਹਿਬ ਦੇ ਹੀ ਚਰਨ ਮੁੜ ਕੇ ਆਫੜੇ ਤੇ ਕਿਹਾ ਕਿ ਉਹ ਉਸਦੀ ਜਾਨ ਬਖਸ਼ੀ ਲਈ ਮਹਾਰਾਜੇ ਕੋਲ ਸਿਫਾਰਿਸ਼ ਕਰਨ। ਉਧਾਰ ਚ ਫਕੀਰ ਨੇ ਉਸਦਾ ਪਿਛਲਾ ਵਿਵਹਾਰ ਭੁਲਾ ਕੇ ਉਸਦੀ ਸਿਫਾਰਿਸ਼ ਕੀਤੀ ਤੇ ਮਮਦੋੜ ਦੀ ਰਿਆਸਤ ਉਸਨੂੰ ਜਾਗੀਰ ਵਜੋਂ ਦਿਵਾ ਦਿੱਤੀ। ਕਸੂਰ ਦੀ ਇਸ ਮੁਹਿੰਮ ਉਪਰੰਤ ਮਹਾਰਾਜਾ ਸਾਹਿਬ ਨੇ ਫਕੀਰ ਅਜ਼ੀਜ਼ੁਦੀਨ ਨੂੰ ਆਪਣਾ ਵਜ਼ੀਰ ਬਣਾ ਲਿਆ ਤੇ ਵਿਦੇਸ਼ੀ ਮਾਮਲਿਆਂ ਦਾ ਬਹੁਤ ਕੰਮ ਉਸਦੇ ਹਵਾਲੇ ਕਰ ਦਿੱਤਾ। ਅਗਲੇ ਹੀ ਵਰੇ ਸਤਲੁਜ ਪਾਰ ਦੇ ਇਲਾਕੇ ਬਾਰੇ ਅੰਗਰੇਜ਼ੀ ਸਰਕਾਰ ਨਾਲ ਰੇੜਕਾ ਪੈਦਾ ਹੋ ਗਿਆ। ਲੰਬੀ ਗੱਲਬਾਤ ਲਾਹੌਰ ਦਰਬਾਰ ਤੇ ਅੰਗਰੇਜ਼ੀ ਸਰਕਾਰ ਵਿੱਚ ਵਿਚਕਾਰ ਹੋਈ। ਕਈ ਵਾਰ ਇਹ ਮਸਲਾ ਅਤ ਨਾਜ਼ੁਕ ਮੋੜ ਵੀ ਇਖਤਿਆਰ ਕਰਦਾ ਰਿਹਾ ਪਰ ਫਕੀਰ ਅਜ਼ੀਜ਼ੁਦੀਨ ਦੇ ਸਰਦਾਰ ਫਤਿਹ ਸਿੰਘ ਆਲੂ ਵਾਲਿਆਂ ਦੇ ਯਤਨਾਂ ਨਾਲ ਇਸ ਮਸਲੇ ਦਾ ਇੱਜ਼ਤਦਾਰ ਹੱਲ ਹੋ ਗਿਆ। ਦੋਹਾਂ ਧਿਰਾਂ ਵਿਚਕਾਰ ਅਪ੍ਰੈਲ 1809 ਵਿੱਚ ਅੰਮ੍ਰਿਤਸਰ ਦਾ ਇਤਿਹਾਸਿਕ ਅਹਿਮਦਨਾਮਾ ਹੋ ਗਿਆ।
1810 ਵਿੱਚ ਮਹਾਰਾਜਾ ਸਾਹਿਬ ਨੇ ਗੁਜਰਾਤ ਨਾਲ ਲੱਗਦੇ ਇਲਾਕੇ ਨੂੰ ਸਿੱਖ ਰਾਜ ਵਿੱਚ ਸੰਮਿਲਿਤ ਕਰਨ ਲਈ ਫਕੀਰ ਸਾਹਿਬ ਨੂੰ ਫੌਜੀ ਮੁਹਿੰਮ ਤੇ ਤੋਰਿਆ। ਫਕੀਰ ਸਾਹਿਬ ਨੇ ਇੱਥੇ ਕਈ ਵਾਰ ਮੈਦਾਨੀ ਜੰਗ ਵਿੱਚ ਦੁਸ਼ਮਣ ਨਾਲ ਟੱਕਰ ਲੈ ਕੇ ਇਹ ਸਿੱਧ ਕੀਤਾ ਕਿ ਉਹ ਨਿਰਾ ਫਕੀਰ ਹੀ ਨਹੀਂ ਨਿਡਰ ਸਿਪਾਹੀ ਵੀ ਹੈ। ਮੁਹੰਮਦ ਖਾਨ ਨਾਲ ਬਾਸ ਗੁਜ਼ਾਰੀ ਦਾ ਫੈਸਲਾ ਕਰਨ ਲਈ ਪਿਸ਼ਾਵਰ ਭੇਜਿਆ। 1813 ਵਿੱਚ ਜਦੋਂ ਮਹਾਰਾਜਾ ਨੇ ਪੰਜਾਬ ਦੀ ਸਰਹੱਦ ਨੂੰ ਅਫਗਾਨਾਂ ਤੋਂ ਮੁਕਤ ਕਰਵਾਇਆ ਤਾਂ ਇਸ ਵਿੱਚ ਲੱਗਦੇ ਇਲਾਕੇ ਦੇ ਪ੍ਰਬੰਧ ਨੂੰ ਸਥਿਰ ਰੂਪ ਦੇਣ ਦੀ ਅਰੰਭ ਕੰਮ ਫਕੀਰ ਸਾਹਿਬ ਨੂੰ ਹੀ ਸੌਂਪਿਆ। 1827 ਤੇ 1831 ਤੱਕ ਦੇ ਸਾਲਾਂ ਵਿੱਚ ਮਹਾਰਾਜੇ ਦੀ ਸ਼ਕਤੀ ਸਈਦ ਅਹਿਮਦ ਬਰੇਲਵੀ ਨਾਲ ਨਿਪਟਣ ਤੇ ਲੱਗੀ। ਇਸ ਕੰਮ ਵਿੱਚ ਵੀ ਫਕੀਰ ਅਜ਼ੀਜ਼ੁਦੀਨ ਨੇ ਮਹਾਰਾਜੇ ਨੂੰ ਕਾਫੀ ਸਹਿਯੋਗ ਦਿੱਤਾ। ਉਸਨੇ ਸਈਦ ਦੁਆਰਾ ਆਮ ਮੁਸਲਮਾਨਾਂ ਵਿੱਚ ਸਿੱਖਾਂ ਵੱਲੋਂ ਫੈਲਾਏ ਜ਼ਹਿਰ ਨੂੰ ਖਤਮ ਕਰਨ ਵਿੱਚ ਮਹਾਰਾਜੇ ਦੀ ਕਾਫੀ ਮਦਦ ਕੀਤੀ। 1831 ਵਿੱਚ ਉਸਨੂੰ ਮਹਾਰਾਜੇ ਵੱਲੋਂ ਅੰਗਰੇਜ਼ ਗਵਰਨਰ ਵਿਲੀਅਮ ਬੈਟਿੰਗ ਨਾਲ ਗੱਲਬਾਤ ਲਈ ਸਿੱਖ ਮਿਸ਼ਨ ਨਾਲ ਸ਼ਿਮਲੇ ਭੇਜਿਆ ਗਿਆ। ਇਸ ਵਿੱਚ ਉਸ ਤੋਂ ਬਿਨਾਂ ਸਰਦਾਰ ਨਲਵਾ, ਦੀਵਾਨ ਮੋਤੀ ਰਾਮ, ਸਰਦਾਰ ਨਿਧਾਨ ਸਿੰਘ ਪੰਜਾਹਤ, ਸਰਦਾਰ ਅਜੀਤ ਸਿੰਘ ਸੰਧਾਵਾਲੀਆ ਤੇ ਸਰਦਾਰ ਲਹਿਣਾ ਸਿੰਘ ਮਜੀਠੀਆ ਸ਼ਾਮਲ ਸਨ। ਇਸ ਮਿਸ਼ਨ ਦੇ ਯਤਨਾਂ ਨਾਲ 26 ਅਕਤੂਬਰ 1831 ਨੂੰ ਲਾਹੌਰ ਤੇ ਮਹਾਰਾਜੇ ਵਿਚਕਾਰ ਰੋਪੜ ਦੀ ਇਤਿਹਾਸਕ ਗੱਲਬਾਤ ਬੜੇ ਸਦਭਾਵਨਾ ਭਰੇ ਮਾਹੌਲ ਵਿੱਚ ਹੋਈ। 1834 ਵਿੱਚ ਮਹਾਰਾਜਾ ਨੇ ਪਿਸ਼ਾਵਰ ਨੂੰ ਪੂਰੀ ਤਰ੍ਹਾਂ ਫਤਿਹ ਕਰਕੇ ਸਿੱਖ ਰਾਜ ਵਿੱਚ ਸ਼ਾਮਲ ਕਰ ਲਿਆ। ਕਾਬਲ ਦੇ ਹਾਕਮ ਅਮੀਰ ਦੋਸਤ ਮੁਹੰਮਦ ਇਸ ਤੋਂ ਬੜਾ ਦੁਖੀ ਹੋਇਆ। ਉਸ ਫੌਜ ਲੈ ਕੇ 1835 ਵਿੱਚ ਪਿਸ਼ਾਵਰ ਵੱਲ ਕੂਚ ਕਰ ਦਿੱਤਾ। ਅੱਗੋਂ ਸਿੱਖਾਂ ਵੀ ਉਸਦਾ ਰਾਹ ਰੋਕਣ ਲਈ ਤਿਆਰੀ ਰੱਖੀ ਸੀ। 11 ਮਈ 1835 ਨੂੰ ਅਮੀਰ ਨੇ ਤਹਿਕਲ ਬਾਲਾ ਦੇ ਮੈਦਾਨ ਵਿੱਚ ਸਿੰਘਾਂ ਤੇ ਹੱਲਾ ਕੀਤਾ। ਸਿੰਘਾਂ ਉਸ ਨੂੰ ਅਜਿਹੇ ਹੱਥ ਦੱਸੇ ਕਿ ਉਹ ਜਿੱਧਰੋਂ ਆਇਆ ਸੀ ਉਧਰ ਭੱਜ ਤੁਰਿਆ। ਦਰਾ ਖੈਬਰ ਪਹੁੰਚ ਕੇ ਉਸਨੇ ਇੱਕ ਚਾਲ ਚੱਲੀ। ਉਸ ਮਹਾਰਾਜੇ ਨੂੰ ਲਿਖਿਆ ਕਿ ਉਹ ਨਿੱਤ ਦੀਆਂ ਲੜਾਈਆਂ ਨੂੰ ਖਤਮ ਕਰਨ ਵਾਸਤੇ ਗੱਲਬਾਤ ਲਈ ਤਿਆਰ ਹੈ। ਗੱਲਬਾਤ ਵਾਸਤੇ ਮਹਾਰਾਜੇ ਨੇ ਅਜ਼ੀਜ਼ੁਦੀਨ ਨੂੰ ਸਫੀਰ ਬਣਾ ਕੇ ਅਮੀਰ ਕੋਲ ਭੇਜਿਆ। ਅਮੀਰ ਦੋਸਤ ਮੁਹੰਮਦ ਨੇ ਸਭ ਇਕਲਾਖੀ ਤੇ ਰਾਜਨੀਤਿਕ ਤਕਾਜੇ ਭੁੱਲ ਕੇ ਫਕੀਰ ਸਾਹਿਬ ਨੂੰ ਕੈਦ ਕਰ ਲਿਆ। ਉਸਨੇ ਫਕੀਰ ਸਾਹਿਬ ਤੇ ਦਬਾਅ ਪਾਇਆ ਕਿ ਉਹ ਆਪਣੇ ਰਸੂਖ ਨੂੰ ਵਰਤ ਕੇ ਪਿਸ਼ਾਵਰ ਉਸ ਨੂੰ ਵਾਪਸ ਦਵਾ ਦੇਣ। ਫਕੀਰ ਸਾਹਿਬ ਨੇ ਅਮੀਰ ਨੂੰ ਸਮਝਾਇਆ ਕਿ ਇਸ ਨੀਚ ਢੰਗ ਨਾਲ ਮਹਾਰਾਜੇ ਨੇ ਪਿਸ਼ਾਵਰ ਤਾਂ ਤੈਨੂੰ ਕੀ ਦੇਣਾ ਹੈ, ਉਸ ਤੇਰੇ ਤੇ ਵੀ ਹੱਲਾ ਕਰ ਦੇਣਾ ਹੈ। ਇਸ ਲਈ ਸੈਂਕੜੇ ਹਜ਼ਾਰਾਂ ਨਿਰਦੋਸ਼ਾਂ ਦੇ ਖੂਨ ਨਾਲ ਹੱਥ ਰੰਗਣ ਨਾਲੋਂ ਚੰਗਾ ਹੋਵੇ ਕਿ ਤੂੰ ਮੈਨੂੰ ਮੁਕਤ ਕਰਕੇ ਪਿਸ਼ਾਵਰ ਵਾਪਸ ਭੇਜ ਦੇ। ਅਮੀਰ ਉੱਤੇ ਫਕੀਰ ਸਾਹਿਬ ਦੀ ਗੱਲ ਦਾ ਬਹੁਤ ਪ੍ਰਭਾਵ ਪਿਆ। ਉਸ ਉਹਨਾਂ ਨੂੰ ਮੁਕਤ ਕਰ ਦਿੱਤਾ। ਪਿਸ਼ਾਵਰ ਪੁੱਜ ਕੇ ਉਹਨਾਂ ਮਹਾਰਾਜੇ ਨੂੰ ਸਾਰੀ ਗੱਲ ਦੱਸੀ ਤਾਂ ਉਸ ਨੂੰ ਬਹੁਤ ਗੁੱਸਾ ਆਇਆ। ਉਹ ਅਮੀਰ ਉੱਤੇ ਹੱਲਾ ਕਰਨ ਲਈ ਤਿਆਰ ਹੋ ਗਿਆ। ਫਕੀਰ ਨੇ ਮਹਾਰਾਜ ਨੂੰ ਸਮਝਾ ਬੁਝਾ ਕੇ ਠੰਡਾ ਕੀਤਾ। ਫਕੀਰ ਸਾਹਿਬ ਦਾ ਮਹਾਰਾਜੇ ਨਾਲ ਬਹੁਤ ਪ੍ਰੇਮ ਸੀ। ਮਹਾਰਾਜੇ ਨੂੰ ਕੋਈ ਤਕਲੀਫ ਹੋਏ ਤਾਂ ਦਿਲ ਜਾਨ ਨਾਲ ਉਸਦੀ ਸੇਵਾ ਕਰਦਾ। ਮਹਾਰਾਜਾ ਸਾਹਿਬ ਨੂੰ ਜਦੋਂ ਅਧਰੰਗ ਦਾ ਦੌਰਾ ਪਿਆ ਤਾਂ ਉਸ ਉਹਨਾਂ ਦੀ ਸੇਵਾ ਵਿੱਚ ਦਿਨ ਰਾਤ ਇੱਕ ਕਰ ਦਿੱਤਾ। ਮੈਕਰਗਰ ਲਿਖਦਾ ਹੈ ਕਿ ਜੇ ਰਣਜੀਤ ਸਿੰਘ ਫਕੀਰ ਸਾਹਿਬ ਦਾ ਬਾਪ ਵੀ ਹੁੰਦਾ ਤਾਂ ਵੀ ਇਸ ਤੋਂ ਵੱਧ ਸੇਵਾ ਉਹ ਸ਼ਾਇਦ ਹੀ ਕਰਦਾ। ਲੈਪਲ ਗ੍ਰੈਫਲ ਅਨੁਸਾਰ ਉਹ ਮਹਾਰਾਜੇ ਦੇ ਸਭ ਤੋਂ ਵੱਧ ਦਿਆਨਤਦਾਰ ਤੇ ਲਾਇਕ ਦਰਬਾਰੀਆਂ ਵਿੱਚੋਂ ਇੱਕ ਸੀ। ਫਕੀਰ ਸਾਹਿਬ ਹੀ ਨਹੀਂ, ਉਹਨਾਂ ਦੇ ਦੋ ਛੋਟੇ ਭਰਾਵਾਂ ਨੂਰ ਉਦੀਨ ਤੇ ਇਮਾਮ ਉਦੀਨ ਨੂੰ ਵੀ ਮਹਾਰਾਜਾ ਸਾਹਿਬ ਬਹੁਤ ਪਿਆਰ ਕਰਦੇ ਸਨ। ਉਹਨਾਂ ਨੂਰ ਉਦੀਨ ਨੂੰ ਅਸਲਾ ਰਸਦ ਤੇ ਸੜਕਾਂ ਦੀ ਦੇਖਭਾਲ ਦਾ ਕਾਰਜ ਦੇ ਰੱਖਿਆ ਸੀ। ਇੰਜ ਹੀ ਉਹਨਾਂ ਇਮਾਮ ਉਦੀਨ ਨੂੰ ਗੋਬਿੰਦਗੜ੍ਹ ਦੇ ਅਤਿ ਮਹੱਤਵਪੂਰਨ ਕਿਲੇ ਦੇ ਇੰਚਾਰਜ ਤੇ ਉਸਦੇ ਆਲੇ ਦੁਆਲੇ ਦੇ ਇਲਾਕੇ ਦਾ ਗਵਰਨਰ ਥਾਪ ਰੱਖਿਆ ਸੀ। ਫਕੀਰ ਸਾਹਿਬ ਤੇ ਉਸਦੇ ਭਰਾਵਾਂ ਨੇ ਇੰਨੀ ਤਾਕਤ ਦੇ ਬਾਵਜੂਦ ਮਹਾਰਾਜੇ ਪਿੱਛੋਂ ਹੋਏ ਬੁਰਸ਼ਾਗਰਦੀ ਦੇ ਸਮੇਂ ਵਿੱਚ ਮਹਾਰਾਜੇ ਦੇ ਪਰਿਵਾਰ ਨਾਲ ਆਪਣੀ ਵਫ਼ਾਦਾਰੀ ਨਿਭਾਈ। ਜੇ ਫਕੀਰ ਸਾਹਿਬ ਚਾਹੁੰਦੇ ਤਾਂ ਤਾਕਤ ਦੇ ਹਿਰਸ ਤੇ ਇਸ ਅੰਨੀ ਦੌੜ ਵਿੱਚ ਡੋਗਰਿਆਂ ਤੇ ਸੰਧਾਂ ਵਾਲਿਆਂ ਵਾਂਗ ਉਹ ਵੀ ਇੱਕ ਧੜਾ ਖੜਾ ਕਰ ਸਕਦੇ ਸਨ, ਪਰ ਉਹਨਾਂ ਕਦੇ ਵੀ ਅਜਿਹਾ ਨਾ ਸੋਚਿਆ। ਫਕੀਰ ਸਾਹਿਬ ਸਾਰੀ ਉਮਰ ਦਿਆਨਤਦਾਰੀ ਨਾਲ ਸਿੱਖ ਰਾਜ ਦੀ ਸੇਵਾ ਕਰਦੇ ਰਹੇ ਤੇ ਅੰਤ 3 ਦਸੰਬਰ 1844 ਦੀ ਸ਼ਾਮ ਅੱਲਾ ਨੂੰ ਪਿਆਰੇ ਹੋ ਗਏ। ਸਿੱਖ ਇਤਿਹਾਸ ਵਿੱਚ ਅੱਜ ਵੀ ਉਹਨਾਂ ਦਾ ਨਾਮ ਅਤ ਸਤਿਕਾਰ ਨਾਲ ਲਿਆ ਜਾਂਦਾ ਹੈ। ਸੋ ਇਹ ਸੀ ਇੱਕ ਵਿਦੇਸ਼ ਮੰਤਰੀ ਜੋ ਸਿੱਖ ਪੰਥ ਦਾ ਮਜ਼ਬੂਤ ਥੰਮ ਹੁੰਦਾ ਸੀ, ਉਸਦੀ ਕਹਾਣੀ। ਉਸਦੀ ਕਹਾਣੀ ਨੂੰ ਕਿਤਾਬਾਂ ਰਾਹੀਂ ਬਿਆਨ ਤਾਂ ਨਹੀਂ ਕੀਤਾ ਜਾ ਸਕਦਾ, ਪਰ ਥੋੜੀ ਜਿਹੀ ਕੋਸ਼ਿਸ਼ ਜ਼ਰੂਰ ਕੀਤੀ ਹੈ ਤਾਂ ਕਿ ਜਿਨ੍ਹਾਂ ਨੂੰ ਨਹੀਂ ਪਤਾ ਇਸ ਬਾਰੇ, ਇਸ ਵਿਦੇਸ਼ ਮੰਤਰੀ ਬਾਰੇ, ਇਸ ਫਕੀਰ ਬਾਰੇ, ਉਹਨਾਂ ਨੂੰ ਥੋੜ੍ਹਾ ਬਹੁਤ ਪਤਾ ਲੱਗ ਸਕੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।